ਲੋਕਾਂ ਵਿੱਚ ਸਾਰੀ ਐਨਰਜੀ ਨਜ਼ਰ ਆ ਰਹੀ ਹੈ। ਬਹੁਤ ਸੋਹਣਾ ਹੋਣਾ ਗਾ ਕੇ ਗਿਆ ਬੱਚਾ, ਬਹੁਤ ਹੀ ਸੋਹਣਾ। ਅਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਸੁਣ ਕੇ ਗਾਵਾਂ ਕਿ ਆਰਟ ਜਿਉਂਦਾ ਹੈ। ਅਤੇ ਇਹ ਉਹ ਧਰਤੀ ਹੈ, ਉਹ ਨਗਰੀ ਹੈ ਜਿੱਥੇ ਗਾਵਣ ਨੂੰ ਇਬਾਦਤ ਸਮਝਿਆ ਜਾਂਦਾ ਸੀ। ਸੋ ਅਸੀਂ ਸੰਗੀਤ ਨੂੰ ਔਰ ਸ਼ਾਇਰੀ ਨੂੰ ਸਾਡੇ ਬਾਬਿਆਂ ਨੇ ਹੁਣ ਕਲਾਮ ਪੜ੍ਹ ਕੇ ਇੱਥੇ ਸੁਣਾਇਆ ਹੈ, ਇਹ ਹੀ ਬੰਦੇ ਦੇ ਜ਼ਿੰਦਾ ਹੋਣ ਦੀ ਨਿਸ਼ਾਨੀ ਹੈ। ਅਤੇ ਇਹ ਰੀਤ ਸਾਨੂੰ ਬੜੀ ਪਿੱਛੋਂ ਮਿਲੀ ਹੈ। ਮੈਂ ਥੋੜ੍ਹੀ ਜਿਹੀ ਗੱਲ, ਕਿਉਂਕਿ ਡਰਾਮੇ ਦਾ ਤਾਲੁਕ ਵੀ ਉਸ ਗੱਲ ਦੇ ਨਾਲ ਹੈ, ਉਹ ਇਹ ਕਿ ਜਦੋਂ ਮੁਇਨੁਦੀਨ ਚਿਸ਼ਤੀ ਚਿਸ਼ਤ ਤੋਂ ਟੁਰੇ ਨੇ, ਇੱਥੇ ਅਜੀਬ ਰੀਤ ਸੀ। ਇਹ ਰਾਂਝੇ ਦਾ ਅਗਰ ਕਹਾਣੀ ਤੁਸੀਂ ਸੁਣੀ ਹੋਏ ਕਿ ਰਾਂਝਾ ਘਰ ਛੱਡਦਾ ਹੈ ਅਤੇ ਫਕੀਰ ਹੁੰਦਾ, ਅਤੇ ਇਹ ਰੀਤ ਬੜੀ ਪੁਰਾਣੀ ਹੈ ਫਕੀਰੀ ਦੀ, ਲੋਕਾਂ ਵਿੱਚ ਲੱਥਣ ਦੀ। ਕਹਿੰਦੇ ਨੇ ਪਾਣੀ ਪਾਣੀ ਨੂੰ ਆਪਣੀ ਹਸਤੀ ਮੰਨਣਾ ਅਤੇ ਉਚਾਣ ਤੋਂ ਨਿਵਾਣ ਵੱਲ ਵਗਣਾ, ਇਹ ਰੀਤ ਹੈ ਇਸ ਦੇਸ਼ ਦੀ, ਔਰ ਇਹ ਰੀਤ ਪੁਰਾਣੀ ਹੈ। ਸੋ ਇਸ ਲਈ ਮੈਂ ਇਹ ਗੱਲ ਕਰ ਰਹੀ ਹਾਂ ਕਿ ਤੁਹਾਡੇ ਅੰਦਰ ਜੋ ਕੁਝ ਹੈ, ਜਿਹੜੇ ਜਜ਼ਬੇ ਨੇ, ਇਹ ਨਵੇਂ ਨਹੀਂ, ਇਹ ਸਦੀਆਂ ਤੋਂ ਟੁੱਟਦੇ ਆ ਰਹੇ ਨੇ। ਔਰ ਸਾਡੇ ਇਹ ਰੀਤ ਹੈਗੀ ਹੈ ਕਿ ਵਤਨ ਛੱਡਿਆ, ਦੇਸ਼ ਛੱਡਿਆ, ਚਿਸ਼ਤ ਛੱਡਿਆ, ਅਤੇ ਉਹ ਸੱਚ ਨੂੰ ਲੈ ਕੇ ਲੋਕਾਂ ਤਾਈਂ ਅਪਣਾਉਣ ਦੀ ਗੱਲ, ਇਲਮ ਨੂੰ ਲੈ ਕੇ ਲੋਕਾਂ ਤਾਈਂ ਲੋਕਾਂ ਦੇ ਵਿੱਚ ਬਹਿ ਕੇ ਪੜ੍ਹਨ ਦੀ ਗੱਲ ਕਰਨ ਵਾਲੇ ਇਹ ਜਿਹੜਾ ਸਿਲਸਿਲਾ ਹੈ ਇਹ ਹੋਵੇ। ਚਿਸ਼ਤ ਛੱਡ ਕੇ ਅਜਮੇਰ ਆਏ, ਅਜਮੇਰ ਉਸ ਵੇਲੇ ਛੋਟਾ ਜਿਹਾ ਪਿੰਡ ਸੀ, ਉੱਥੇ ਆ ਕੇ ਬੈਠੇ। ਫਿਰ ਮੁਇਨੁਦੀਨ ਚਿਸ਼ਤੀ ਦੇ ਜਿਹੜੇ ਮੁਰੀਦ ਹੋਏ ਉਹ ਖਾਜਾ ਬਖਤਿਆਰ ਕਾਕੀ, ਅਤੇ ਕਾਕੀ ਉਹਨਾਂ ਦੇ ਨਾਂ ਨਾਲ ਇਸ ਲਈ ਲੱਗਦਾ ਕਿ ਕਾਕੀ ਦਾ ਮਤਲਬ ਸੀ ਛੋਟੀ ਰੋਟੀ। ਸੋ ਇਹ ਨਾ ਸਿਰਫ ਲੋਕਾਂ ਵਿੱਚ ਆਉਂਦੇ ਸਨ, ਉੱਥੇ ਆਪਣੇ ਡੇਰੇ ਬਣਾਉਂਦੇ ਸਨ ਜਿੱਥੇ ਕੁੱਲ ਖਲਕਤ ਢੁੱਕਦੀ ਸੀ, ਕਿਸੇ ਨੂੰ ਮਨਾਹੀ ਨਹੀਂ ਸੀ, ਉਹਦੇ ਨਾਲ ਇਲਮ ਅਦਬ ਦੀ ਗੱਲ ਹੁੰਦੀ ਸੀ, ਸੰਗੀਤ। ਅਤੇ ਆਸਾਨ ਕਰਕੇ, ਇਲਮ ਨੂੰ ਆਸਾਨ ਕਰਕੇ ਸ਼ਾਇਰੀ ਦੀ ਸ਼ਕਲ ਵਿੱਚ ਰਲ ਕੇ ਬਹਿਣਾ ਅਤੇ ਗਵਾਉਣਾ। ਉਹ ਵੱਡੀਆਂ ਯੂਨੀਵਰਸਿਟੀਆਂ ਵੱਲ ਮੂੰਹ ਨਹੀਂ ਸਨ ਕਰਦੇ, ਉਹ ਆਮਾਂ ਵਿੱਚ ਲੈ ਜਾਂਦੇ ਸਨ। ਔਰ ਇਹ ਸੀ ਰੋਲ ਸ਼ਾਇਰੀ ਦਾ ਕਿ ਉਹ ਗੱਲਾਂ ਜੋ ਕਿ ਵੱਡੀਆਂ ਕਿਤਾਬਾਂ 'ਚ ਆਉਂਦੀਆਂ ਨੇ ਅਤੇ ਲੋਕਾਂ ਤਾਈਂ ਨਹੀਂ ਪੜ੍ਹਦੀਆਂ, ਉਹਨਾਂ ਨੂੰ ਲੋਕਾਂ ਤਾਈਂ ਅਪਣਾਉਣਾ, ਪਹੁੰਚਣਾ। ਫਿਰ ਬਖਤਿਆਰ ਕਾਕੀ ਨਾ ਸਿਰਫ ਉਹਨਾਂ ਨੇ ਗਾਇਆ ਵਜਾਇਆ, ਬਲਕਿ ਲੋਕਾਂ ਦੀ ਬੋਲੀ ਨੂੰ ਅਪਣਾ ਕੇ ਉਹਦੇ ਵਿੱਚ ਸ਼ੇਅਰ ਕਰਿਆ। ਇੱਕ ਹੋਰ ਰੀਤ ਹੈਗੇ ਕਿ ਜੋ ਲੋਕ ਬੋਲੀ ਹੈ ਉਸਦੇ ਵਿੱਚ ਇਲਮ ਦੀ ਗੱਲ ਰੱਖੋ ਨਾ, ਉਹਦੇ ਵਿੱਚ ਗੱਲਬਾਤ ਰੱਖੋ, ਉਹਦੇ ਵਿੱਚ ਇੱਕ ਦੂਜੇ ਨੂੰ ਮਿਲੋ। ਸੁਰਤ ਸਮਤ ਜਿਹੜੀ ਹੈ ਉਹ ਜਾਗੇ ਲੋਕਾਂ ਦੀ। ਅਸੀਂ ਲੋਕਾਂ ਨੂੰ ਸਿਰਫ ਮਜ਼ਦੂਰ ਬਣਾ ਛੱਡਿਆ, ਅਸੀਂ ਕਿਹਾ ਕਿ ਨਹੀਂ ਇਹਨਾਂ ਨੂੰ ਸੋਚਣ ਸਮਝਣ ਦੀ ਲੋੜ ਨਹੀਂ, ਅਸੀਂ ਆਪ ਹੀ ਬੜੇ ਸਿਆਣੇ, ਅਸੀਂ ਦੱਸਾਂਗੇ ਕੀ ਕਰ। ਅਤੇ ਕਠਪੁਤਲੀਆਂ ਨਹੀਂ ਇਹਨਾਂ, ਜਿਸ ਦਿਨ ਆਪ ਸੋਚਣਾ ਹੈ, ਆਪਣੀ ਅੱਖੀਂ ਵੇਖਣਾ ਹੈ, ਆਪਣੀ ਕੰਨੀ ਸੁਣਨਾ ਹੈ, ਆਪਣੇ ਦਿਲ ਦਿਮਾਗ ਨੂੰ ਵਰਤ ਕੇ ਆਪਣਾ ਰਾਹ ਕੱਢਣਾ ਹੈ। ਅਸੀਂ ਇੱਥੇ ਕਿਸੇ ਲੀਡਰ ਨੂੰ ਨਹੀਂ ਮੰਨਦੇ, ਅਸੀਂ ਸਮਝਦੇ ਹਾਂ ਖਲਕਤ ਜਿਹੜਾ ਹੋਵੇ ਮਣਕਾ ਮਣਕਾ ਮੇਰ ਅਤੇ ਮਾਲਾ ਫੇਰੇ ਧਰਤੀ ਦੀ। ਸੋ ਹਰ ਜੀ ਜਦ ਤੱਕ ਸਾਡੀ ਸਿਆਸਤ ਤਾਂ ਇਹੀ ਕਿ ਹਰ ਜੀ ਲੀਡਰ ਹੋਵੇ ਤਾਂ ਅਸੀਂ ਮੰਨਦੇ, ਅਤੇ ਇਹਦਾ ਮਤਲਬ ਹੈ ਕਿ ਕੋਈ ਲੀਡਰ ਨਹੀਂ, ਅਸੀਂ ਸਭ ਹੈ। ਸੋ ਇਹ ਤਾਂ ਹੀ ਅਸੀਂ ਇਸ ਰੀਤ ਨੂੰ ਮੰਨਦੇ ਹਾਂ ਔਰ ਇਸ ਦੇ ਫੋਲੋਅਰਸ ਆ, ਔਰ ਅਸੀਂ ਅੱਜ ਵੀ ਉਹਨਾਂ ਨੂੰ ਪੜ੍ਹਦੇ ਹਾਂ ਕਿਉਂਕਿ ਸ਼ਾਇਦ ਉੱਥੋਂ ਸਿਹਤ ਮਿਲ ਰਹੀ ਹੈ, ਸਾਨੂੰ ਤਾਕਤ ਵੀ ਮਿਲ ਰਹੀ ਹੈ। ਖਾਜਾ ਬਖਤਿਆਰ ਕਾਕੀ ਨੇ ਵੀ ਵੱਡਾ ਸ਼ਹਿਰ ਵਿੱਚ ਹੁੰਦਿਆਂ ਇੱਕ ਮੁਹੱਲੇ ਵਿੱਚ ਡੇਰਾ ਕੀਤਾ, ਦਿੱਲੀ ਦੇ ਤਖ਼ਤ ਦੇ ਨਾਲ ਆਪਣਾ ਤਾਲੁਕ ਨਹੀਂ ਰੱਖਿਆ। ਫਿਰ ਬਾਬਾ ਫਰੀਦ ਬਖਤਿਆਰ ਕਾਕੀ ਦੇ ਮੁਰੀਦ ਹੋਏ, ਮੁਇਨੁਦੀਨ ਚਿਸ਼ਤੀ ਕੋਲ ਗਏ, ਉਹਨਾਂ ਨੇ ਕਹਿਣਾ ਬਖਤਿਆਰ ਕਾਕੀ ਦਾ ਮੁਰੀਦ, ਉਹ ਬਖਤਿਆਰ ਕਾਕੀ ਦੇ ਮੁਰੀਦ ਹੋਏ ਬਾਬਾ ਫਰੀਦ। ਉਹਨਾਂ ਵੀ ਆਪਣੀ ਉਹੀ ਰੀਤ ਕਿ ਵੱਡਾ ਸ਼ਹਿਰ ਵੱਡੀ ਗੱਦੀ ਛੱਡ ਕੇ ਉਹ ਪਾਕ ਪਟਨ ਨਾ ਕੇ ਬਹਿ ਗਏ। ਜੰਗਲ ਸੀ, ਅਯੋਧਨ ਨਾ ਸੀ ਇਸ ਸਾਲ। ਸੋ ਇਹ ਅਯੋਧਨ ਦੀ ਕਹਾਣੀ ਹੈ ਜਿਸ ਅਸੀਂ ਕਰ ਰਹੇ ਹਾਂ। ਉਹਨਾਂ ਦੇ ਅੱਗੋਂ ਬਾਬਾ ਫਰੀਦ ਦੇ ਅੱਗੋਂ ਮੁਰੀਦ ਹੋਏ ਨਿਜ਼ਾਮੁਦੀਨ ਵਾਲੀਆ,
हजरत निजामुद्दीन औलिया साड़ी कहानी ए दर, ओ दरबार छड़ के खलकत दे दरबार विच बैठ दी कहानी असी खलकत दे दरबार नू माने है फकीरी तख्त नू एथे एथे सिर्फ और सिर्फ सलाम फकीर नू कीता गया असी कदी भी बलबला नहीं देश फकीरां दा देश फकीरी तख्त दा देश कुल फकीरी तख्त ही है बेशक किसे एक थां दा नाम सो बाबा फरीद दी कहानियां जैसी कर रहे हैं असी यही गल एदे विच मोटा जड़ा नुक्ता असी खड़े है कि एक मुरीद निजामुद्दीन औलिया ने बाबा फरीद आप ते टुर गए ने निजाम नू उन्होंने कहा नहीं तू दिल्ली विच ही बह लेकिन वो एक छोटी थां ते बैठे ने ते उत्थे दे लोकां नाल उत्थे दे संगीत नाल उन्हां नाल रिश्ता जोड़िया जिस संगीत दी अज इस बच्चे ने सानू एक झलक विखाई है इहो ही संगीत जड़ा चिश्त तो बाबा फरीद तो उस सिलसिले ने कदी संगीत नू नहीं छड़िया कि उन्होंने इलम नू इश्क तो वखरा नहीं ਉਹਨਾਂ ਕਿਹਾ ਹੈ ਕਿ ਰੱਬ ਵੀ ਰੱਬ ਦਾ ਨਾਲ ਸਿਰਫ ਦੂਰੀ ਦਾ ਰਿਸ਼ਤਾ ਨਹੀਂ ਹੈ ਉਹਦੇ ਨਾਲ ਇਸ਼ਕ ਕਰ ਸੋ ਉਸਨੇ ਇਸ਼ਕ ਦਾ ਮਤਲਬ ਹੈ ਜੀ ਦਾ ਜੀ ਨੂੰ ਰੈਕਗਨਾਈਜ਼ ਕਰਨਾ ਕਿ ਮੈਂ ਹਾਂ ਤੇ ਤੂੰ ਵੀ ਤੇ ਹੈ ਤੂੰ ਜੀ ਹੈ ਔਰ ਬਰਾਬਰ ਦਾ ਹੈ ਤੇ ਇਹ ਤਾਂ ਹੀ ਇਸ਼ਕ ਬਣ ਸਕਦਾ ਇਸ਼ਕ ਦਾ ਤਾਂ ਮਤਲਬ ਹੀ ਹੈ ਬਰਾਬਰੀ ਸੋ ਅਸੀਂ ਬਰਾਬਰੀ ਨੂੰ ਮੰਨਣ ਵਾਲੇ ਇਕਾਈ ਨੂੰ ਮੰਨਣ ਵਾਲੇ ਲੋਕ ਹਾਂ ਸਾਡਾ ਸਾਰਾ ਸਿਆਸੀ ਕੰਮ ਆਪਣੀ ਇਸ ਰੀਤ ਦੇ ਨਾਲ ਜੋੜ ਕੇ ਸਾਨੂੰ ਜ਼ਿਆਦਾ ਸਮਝ ਆਉਂਦਾ ਤੇ ਅਸੀਂ ਤਾਂ ਇਸ ਤਰ੍ਹਾਂ ਦੇ ਖੇਡਾਂ ਡਰਾਮੇ ਬਣਾਏ ਨੇ ਕਿ ਸਾਨੂੰ ਆਪਣੇ ਲੋਕ ਨਾ ਭੁੱਲਣ ਜਿਵੇਂ ਜਿਵੇਂ ਅਸੀਂ ਵਾਰਿਸ ਸ਼ਾਹ ਪੜ੍ਹਨੇ ਤਾਂ ਸਾਨੂੰ ਲੱਗਦਾ ਕਿ ਉਹ ਤਾਂ ਇੱਕੋ ਹੀ ਗੱਲ ਕਰ ਸਾਖ ਮਾੜਿਆਂ ਦੇ ਖੋ ਲੈਣ ਡਾਢੇ ਹੁਣ ਪੁੱਛਦੇ ਮੂੰਹ ਨਾ ਬੋਲਦੇ ਨਹੀਂ ਚੱਲਦਾ ਬਸ ਲਾਚਾਰ ਹੋ ਕੇ ਮੋਏ ਸੱਪ ਵਾਂਗੂ ਮਿਸ ਬੋਲਦੇ ਨਹੀਂ ਕਦੀ ਆਖਦੇ ਮਾਰੀਏ ਆਪ ਮਰੀਏ ਭਾਈ ਅੰਦਰੋਂ ਬਾਹਰੋਂ ਡੋਲਦੇ ਨਹੀਂ ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ ਕੰਗਾਲ ਝੂਠਾ ਕਰ ਤੋੜਦੇ ਨਹੀਂ ਸਾਡੀ ਰੀਤ ਹੈ ਤੇ ਬਾਬਾ ਫਰੀਦ ਕਹਿ ਰਹੇ ਨੇ ਪਾੜ ਪਟੋਲਾ ਇਹ ਰੇਸ਼ਮ ਰੇਸ਼ਮੀ ਲਿਬਾਸ ਹੈ ਸ਼ਾਨ ਔਰ ਸ਼ੌਕਤ ਉਹਨਾਂ ਨੇ ਕਿਹਾ ਉਸ ਤੇ ਲਾਨਤ ਭੇਜ ਦੇ ਉਹਨਾਂ ਨੇ ਬਲਬਲ ਔਰ ਉਹਦਾ ਤਖਤ ਔਰ ਉਹਦੀ ਗੱਦੀ ਸਭ ਛੱਡ ਕੇ ਪਾਪਟ ਨਾ ਕੇ ਡੇਰਾ ਕਰ ਦਿੱਤਾ ਜੰਗਲ ਵਿੱਚ ਬਹਿ ਕੇ ਬਹਿ ਗਏ ਕਿ ਇਹਨਾਂ ਨੂੰ ਮੈਂ ਪੜ੍ਹਾਉਣਾ ਹੈ ਤੁਹਾਨੂੰ ਨਹੀਂ ਮੈਂ ਕੋਈ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰ ਨਹੀਂ ਮੈਂ ਆਮਾ ਦਾ ਪ੍ਰੋਫੈਸਰ ਮੈਂ ਇੱਥੇ ਬੈਠਾਂਗਾ ਜ਼ਮੀਨ ਵਿੱਚ ਤੇ ਬਹਿ ਕੇ ਲੋਕਾਂ ਨਾਲ ਉਹਨਾਂ ਨੇ ਹਮੇਸ਼ਾ ਗੱਲਬਾਤ ਕੀਤੀ ਪਾੜ ਪਟੋਲਾ ਧੱਜ ਕਰ ਧੱਜੀਆਂ ਉਡਾ ਦੇ ਪਟੋਲੇ ਦੀ ਪਾੜ ਪਟੋਲਾ ਧੱਜ ਕਰ ਕੰਬਲੜੀ ਪਹਿ ਲਓ ਕੰਬਲ ਪਾ ਮੋਟਾ ਰਫ ਕੰਬਲ ਜਿਹੜਾ ਕਿ ਮੈਲ ਖੋਰਾ ਹੈ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿ ਲਓ ਜਿੰਨੀ ਵੇਸੀ ਸ਼ੋ ਮਿਲੇ ਡਰਾਮਾ ਸ਼ੁਰੂ ਕਰ ਰਹੇ ਛੋਟਾ ਜਿਹਾ ਡਰਾਮਾ ਹੈ ਅੱਧੇ ਘੰਟੇ ਦਾ ਹੈ ਇਹਦੇ ਕਿਰਦਾਰ ਵਿੱਚ ਸ਼ੁਰੂ ਹੋ ਗਿਆ ਨਹੀਂ ਪਤਾ ਲੱਗਣਾ ਨਿਜ਼ਾਮੁਦੀਨ ਔਲੀਆ ਨੇ ਜਿਨ੍ਹਾਂ ਨੇ ਕਿ ਦਰਬਾਰ ਤੋਂ ਆਪਣਾ ਤਾਲੁਕ ਤੋੜ ਦਿੱਤਾ ਹੈ ਲੋਕਾਂ 'ਚ ਬੈਠੇ ਨੇ ਅਤੇ ਅਮੀਰ ਖੁਸਰੋ ਨੇ ਜਿਹੜੇ ਆਪਣਾ ਦਰਬਾਰ ਨਾਲ ਰਿਸ਼ਤਾ ਤੋੜ ਨਹੀਂ ਪਾ ਰਹੇ ਇਹ ਕ੍ਰਾਈਸਿਸ ਅਸੀਂ ਖੇਡਾਂਗੇ ਅਤੇ ਇੱਕ ਕਿਰਦਾਰ ਹੋਰ ਹੈ ਉਹ ਲੁਕਾਈ ਹਲਕਤ ਦੀ ਇਲਾਮਤ ਹੈ ਉਹ ਜਿਵੇਂ ਅਸੀਂ ਆਪਣਾ ਢਿੱਡ ਪਾਲਣ ਲਈ ਆਪਣੀ ਸਰਵਾਈਵਲ ਲਈ ਸਾਨੂੰ ਸਮਝ ਇਹੀ ਆਉਂਦੀ ਹੈ ਕਿ ਹਵਰੇ ਚੋਰੀ ਡਾਕਾ ਹਰ ਜੀ ਨੂੰ ਪਾਏਗਾ ਤੇ ਰੋਏਗਾ
ਸੋ ਸਾਡੇ ਉੱਤੇ ਇਲਜ਼ਾਮ ਹੈ ਕਰਪਟ ਹੋਣ ਦਾ, ਸਾਡੀ ਪੂਰੀ ਕੌਮ ਕਰਪਟ ਹੈ ਕਹਿੰਦੇ ਨੇ, ਇਹ ਸਾਰੇ ਕਰਪਟ ਨੇ, ਰਿਸ਼ਵਤ ਲੈਂਦੇ ਨੇ, ਇਹ ਕਰਦੇ ਨੇ। ਸੋ ਅਸੀਂ